ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਰੀਗਲ ਰੈਸਟੋਰੈਂਟ ਵਰੇਸੀਆ ਵਿਖੇ ਸਭਾ ਦੇ ਪ੍ਰਧਾਨ ਬਲਵਿੰਦਰ ਸਿੰਘ ਚਾਹਲ ਦੀ ਪ੍ਰਧਾਨਗੀ ਹੇਠ ਕਰਵਾਏ ਗਏ ਸਮਾਗਮ ਦੌਰਾਨ ਬਿੰਦਰ ਕੋਲੀਆਂਵਾਲ ਦਾ ਕਾਲ ਸੰਗ੍ਰਹਿ ਅਧੂਰਾ ਸਫ਼ਰ ਲੋਕ ਅਰਪਣ ਕੀਤਾ ਗਿਆ। ਇਸ ਮੌਕੇ ਵੱਖ ਵੱਖ ਬੁਲਾਰਿਆਂ ਨੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਬਿੰਦਰ ਕੋਲੀਆਂਵਾਲ ਨੇ ਆਪਣੇ ਇਸ ਕਾਵਿ ਸੰਗ੍ਰਹਿ ਬਾਰੇ ਜਾਣਕਾਰੀ ਦਿੱਤੀ। ਇਸ ਦੌਰਾਨ ਸਭਾ ਦੇ ਪ੍ਰਧਾਨ ਬਲਵਿੰਦਰ ਸਿੰਘ ਚਾਹਲ ਨੇ ਲੇਖ ਦੀਆਂ ਕਿਤਾਬਾਂ ਵਿਚਲੀਆਂ ਰਚਨਾਵਾਂ ਦਾ ਵੇਰਵਾ ਦਿੱਤਾ ਅਤੇ ਸਭਾ ਦੇ ਉਪ ਪ੍ਰਧਾਨ ਰਾਜੂ ਹਠੂਰੀਆ ਅਤੇ ਰਾਣਾ ਅਠੋਲਾ ਨੇ ਕਵੀ ਬਿੰਦਰ ਕੋਲੀਆਂਵਾਲ ਦੀਆਂ ਪਿਛਲੀਆਂ ਲਿਖੀਆਂ ਰਚਨਾਵਾਂ ਅਤੇ ਕਿਤਾਬਾਂ ਬਾਰੇ ਚਾਨਣਾ ਪਾਇਆ ਅਤੇ ਆਉਣ ਵਾਲੀਆਂ ਕਿਤਾਬਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਸਮਾਗਮ ਦੌਰਾਨ ਦਲਜਿੰਦਰ ਰਹਿਲ ਅਤੇ ਦਿਲਬਾਗ ਖਹਿਰਾ ਨੇ ਸਾਂਝੇ ਤੌਰ 'ਤੇ ਸਾਰੀ ਕਾਰਵਾਈ ਨੂੰ ਬਾਖੂਬੀ ਨਿਭਾਇਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮਲਕੀਤ ਸਿੰਘ ਧਾਲੀਵਾਲ, ਭੁਪਿੰਦਰ ਸਿੰਘ, ਜਗਜੀਤ ਸਿੰਘ, ਪ੍ਰਗਟ ਸਿੰਘ ਸਿੱਕੀ ਝੱਜੀ ਪਿੰਡ ਵਾਲਾ, ਮੇਜਰ ਸਿੰਘ ਖੱਖ, ਨਿਰਵੈਲ ਸਿੰਘ ਅਤੇ ਪਲਵਿੰਦਰ ਸਿੰਘ ਪਿੰਦਾ ਆਦਿ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਬਿੰਦਰ ਕੋਲੀਆਂਵਾਲ ਦਾ ਕਾਲ ਸੰਗ੍ਰਹਿ ਅਧੂਰਾ ਸਫ਼ਰ, ਜੋ ਕਿ ਬਿੰਦਰ ਦੀ ਹੁਣ ਤੱਕ ਦੀ ਪੰਜਵੀਂ ਛੇਵੀਂ ਕਿਤਾਬ ਹੈ, ਉਸਨੂੰ ਰਿਲੀਜ਼ ਕਰਕੇ ਸਾਰੀ ਸਭਾ ਅੱਜ ਮਾਣ ਮਹਿਸੂਸ ਕਰਦੀ ਹੈ ਕਿ ਬਿੰਦਰ ਪੰਜਾਬੀ ਮਾਂ ਬੋਲੀ ਦੀ ਨਿਰੰਤਰ ਸੇਵਾ ਕਰਦਾ ਆ ਰਿਹਾ ਅਤੇ ਪ੍ਰਦੇਸ਼ ਦੀ ਜ਼ਿੰਦਗੀ ਦੇ ਵਿੱਚ ਰਹਿੰਦੇ ਹੋਏ ਵੀ ਕੰਮਾਂ ਕਾਰਾਂ ਤੋਂ, ਪਰਿਵਾਰ ਤੋਂ ਆਪਣੇ ਸਮੇਂ ਨੂੰ ਸਭਾ ਨੂੰ ਵੀ ਔਰ ਜੋ ਆਪਣੀ ਲੇਖਣੀ ਉਹਦੇ ਵਾਸਤੇ ਆਪਣਾ ਸਮਾਂ ਬਰਾਬਰ ਦਿੰਦਾ ਆ ਰਿਹਾ। ਜਿਸ ਲਈ ਮੈਂ ਬਿੰਦਰ ਨੂੰ ਜਿੱਥੇ ਵਧਾਈ ਦਿੰਦਾ ਹਾਂ ਉੱਥੇ ਇਹ ਮਾਣ ਵੀ ਮਹਿਸੂਸ ਕਰਦਾ ਹਾਂ ਕਿ ਸਾਡੀ ਸਭਾ ਦੇ ਵਿੱਚ ਬਿੰਦਰ ਕੋਲੀਆਂਵਾਲ ਵਰਗੇ ਸੁਹਿਰਦ ਸ਼ਾਇਰ, ਸੁਹਿਰਦ ਲੇਖਕ ਹਨ। ਇਸ ਲਈ ਮੈਂ ਸਾਰੀ ਸਭਾ ਵੱਲੋਂ ਦੁਬਾਰਾ ਫਿਰ ਬਿੰਦਰ ਨੂੰ ਵਧਾਈ ਦਿੰਦਾ। ਅੱਜ ਸਾਹਿਤ ਸੁਰ ਸੰਗਮ ਸਭਾ ਵੱਲੋਂ ਮੇਰਾ ਚੌਥਾ ਕਾਵਿ ਸੰਗ੍ਰਹਿ ਅਧੂਰਾ ਸਫ਼ਰ ਰਿਲੀਜ਼ ਕੀਤਾ ਜਾ ਰਿਹਾ, ਜਿਸ ਟਾਈਮ ਇੱਥੇ ਪਹੁੰਚੇ ਸਾਰੇ ਸੱਜਣਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਣੇ ਕੀਮਤੀ ਸਮੇਂ ਦਾ ਸਮਾਂ ਕੱਢ ਕੇ ਇੱਥੇ ਪਹੁੰਚਣ ਦੀ ਕੋਸ਼ਿਸ਼ ਕੀਤੀ ਆ ਅਤੇ ਉਮੀਦ ਕਰਦਾ ਕਿ ਅੱਗੇ ਤੋਂ ਵੀ ਇਸੇ ਤਰ੍ਹਾਂ ਸਹਿਯੋਗ ਦਿੰਦੇ ਰਹਿਣਗੇ। ਇਟਲੀ ਤੋਂ ਵਿੱਕੀ ਬਟਾਲਾ ਦੀ ਰਿਪੋਰਟ।